ਗੁਰਦਾਸਪੁਰ ਵਿੱਚ ਨੌਜਵਾਨਾਂ ਵੱਲੋਂ ਮੀਟਿੰਗ ਕਰਕੇ ਸਵਰਨ ਸਿੰਘ ਸਲਾਰੀਆ ਦਾ ਧੰਨਵਾਦ ਕੀਤਾ ਗਿਆ ਅਤੇ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜੋ ਨੌਜਵਾਨਾਂ ਨਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਕਾਂਗਰਸ ਸਰਕਾਰ ਨੇ ਪੂਰਾ ਨਹੀਂ ਕੀਤਾ। ਲੇਕਿਨ ਗੁਰਦਾਸਪੁਰ ਤੋਂ ਭਾਜਪਾ ਦੇ ਸੀਨੀਅਰ ਆਗੂ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਦੀਆਂ ਉਪ ਚੋਣਾਂ ਲੜ ਚੁੱਕੇ ਸਵਰਨ ਸਿੰਘ ਸਲਾਰੀਆ ਉਹਨਾਂ ਵਾਅਦਿਆਂ ਨੂੰ ਪੂਰਾ ਕਰ ਰਹੇ ਹਨ। ਸਵਰਨ ਸਿੰਘ ਸਲਾਰੀਆ ਵੱਲੋਂ ਸਲਾਰੀਆ ਜਨ ਸੇਵਾ ਫਾਊਂਡੇਸ਼ਨ ਰਾਹੀਂ ਹਲਕੇ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਰਿਹਾ ਹੈ, ਜੋ ਕਿ ਇਸ ਤਰ੍ਹਾਂ ਦਾ ਉਪਰਾਲਾ ਪੰਜਾਬ ਸਰਕਾਰ ਨੂੰ ਕਰਨਾ ਚਾਹੀਦਾ ਸੀ। ਸਵਰਨ ਸਲਾਰੀਆ ਦੇ ਇਸ ਉਪਰਾਲੇ ਤੋਂ ਹਲਕੇ ਦੇ ਨੌਜਵਾਨ ਕਾਫੀ ਖੁਸ਼ ਹਨ ਅਤੇ ਇਸ ਉਪਰਾਲੇ ਲਈ ਨੌਜਵਾਨਾਂ ਵੱਲੋਂ ਕਿਹਾ ਗਿਆ ਕਿ ਉਹ ਸਵਰਨ ਸਲਾਰੀਆ ਨੂੰ ਜਲਦੀ ਇੱਕ ਅਵਾਰਡ ਦੇ ਕੇ ਸਨਮਾਨਿਤ ਕਰਨਗੇ। ਬੇਰੁਜ਼ਗਾਰੀ ਸਾਡੇ ਸਰਹੱਦੀ ਖੇਤਰ ਦੀ, ਸਾਡੇ ਸਰਹੱਦੀ ਇਲਾਕੇ ਦੀ, ਗੁਰਦਾਸਪੁਰ ਜ਼ਿਲ੍ਹੇ ਦੀ ਇੱਕ ਮੁੱਖ ਸਮੱਸਿਆ ਹੈ ਅਤੇ ਸਾਡੇ ਸਮਾਜ ਸੇਵਕ ਅਤੇ ਸਮਾਜ ਸੇਵਕ ਅਤੇ ਲੋਕ ਸਭਾ ਹਲਕੇ ਦੇ ਇੰਚਾਰਜ ਸ਼੍ਰੀ ਸਵਰਨ ਸਲਾਰੀਆ ਜੀ ਨੇ ਜਿਸ ਤਰੀਕੇ ਦੇ ਨਾਲ ਸਰਹੱਦੀ ਖੇਤਰ ਦੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਉਪਰਾਲੇ ਕੀਤੇ, ਕੁਛ ਲਗਾਈ ਹੋਈ। ਸੋ ਅੱਜ ਸਾਡੀ ਮੀਟਿੰਗ ਹੋਈ ਸੀ ਇੱਕ ਛੋਟੀ, ਇਹਦੇ 'ਤੇ ਵਿਚਾਰ ਕੀਤਾ ਗਿਆ ਅਲੱਗ ਅਲੱਗ ਸਮਾਜ ਸੇਵੀ ਸੰਸਥਾਵਾਂ ਦੇ ਅਤੇ ਪੂਰੇ ਜ਼ਿਲ੍ਹੇ ਦੇ ਲੋਕ ਸਭਾ ਹਲਕੇ ਦੇ ਮੁਤਬਰ ਸ਼ਖਸੀਅਤਾਂ ਦੇ ਮੌਜੂਦਗੀ ਦੇ ਵਿੱਚ ਜਲਦੀ ਹੀ ਸਵਰਨ ਸਲਾਰੀਆ ਜੀ ਨੂੰ ਅਸੀਂ ਸਮਾਜ ਰਤਨ ਅਵਾਰਡ ਦੇ ਨਾਲ ਸਮਰਨ ਕਰਾਂਗੇ, ਉਹਨਾਂ ਨੂੰ ਇੱਥੇ ਬੁਲਾਵਾਂਗੇ ਅਤੇ ਜੋ ਸਮਾਜ ਦੇ ਲਈ ਉਹ ਉਪਰਾਲੇ ਕਰ ਰਹੇ ਨੇ ਬੇਰੁਜ਼ਗਾਰੀ ਦੂਰ ਕਰਨ ਦੇ ਲਈ, ਉਹਦੇ ਲਈ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ। ਅਸੀਂ ਇਸ ਉਪਰਾਲੇ ਦੇ ਲਈ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ। ਸੋ ਕੇਜਰੀਵਾਲ ਦੇ ਮਾਫੀਨਾਮੇ ਦੇ ਉੱਤੇ ਮੈਂ ਇਹ ਕਹਿਣਾ ਚਾਹਾਂਗਾ ਕਿ ਬਹੁਤ ਜਲਦ ਤੁਹਾਨੂੰ ਪੰਜਾਬ ਕਾਂਗਰਸ ਦੇ ਜਿਹੜੇ ਸੀਨੀਅਰ ਲੀਡਰ ਨੇ, ਮੈਨੂੰ ਉਮੀਦ ਹੈ ਕਿ ਨਵਜੋਤ ਸਿੰਘ ਸਿੱਧੂ ਔਰ ਮਨਪ੍ਰੀਤ ਸਿੰਘ ਬਾਦਲ ਵਰਗੇ ਲੀਡਰਾਂ ਦੇ ਜਿਨ੍ਹਾਂ ਨੇ ਸਲਾਰੀਆ ਸਾਹਿਬ ਦੇ ਉੱਤੇ ਝੂਠੇ ਜਿਹੜੇ ਪ੍ਰਚਾਰ ਕੀਤੇ ਸੀ ਕਿ ਕੋਰਟ 'ਚ ਮਾਮਲਾ, ਉਹਦਾ ਰਿਜ਼ਲਟ ਆਉਣ ਦੀ ਉਮੀਦ ਹੈ। ਲੇਕਿਨ ਮੈਨੂੰ ਪਰਸਨਲੀ ਇਹ ਆਸ ਹੈ, ਮੈਨੂੰ ਲੱਗਦਾ ਕਿ ਬਹੁਤ ਜਲਦੀ ਇਹਨਾਂ ਦੇ ਮਾਫੀਨਾਮੇ ਸਾਡੇ ਸਾਹਮਣੇ ਆ ਸਕਦੇ। ਅਵਤਾਰ ਸਿੰਘ, ਦਿਵਿਆ ਪੰਜਾਬ ਟੀਵੀ, ਗੁਰਦਾਸਪੁਰ।